ਇਹ ਸ਼ੁਕਰ ਹੈ ਕਿ ਬਾਗ ਤੇ ਬੱਕਰੀ ਜਿਹੜੇ ਇਕੱਠੇ ਹੋਏ ਆ ਜਿੱਦਾਂ ਬਾਗ ਬੱਕਰੀ ਚਾਹੀਦੀ ਐ ਐਡਵਰਟਾਈਜ਼ਮੈਂਟ ਨਹੀਂ ਆਉਂਦੀ। ਕਹਤੇ ਵੀ ਜੇ ਤੁਸੀਂ ਰਿਜ਼ਰਵੇਸ਼ਨ ਕਰਨੀ ਸੀ ਪਰ ਪੂਰੀ ਤਰ੍ਹਾਂ ਖੁੱਲ ਕੇ ਕਰਦੇ ਆ ਅਧੂਰੀ ਕਿਉਂ ਕੀਤੀ ਐ? ਇੱਕ ਮਾਗੈਂਸੀ ਜਿਹਦੇ ਨਾਲ ਇੱਕ ਲੰਬੀ ਪ੍ਰਕਿਰਿਆ ਸੀ ਉਹਨਾਂ ਨੇ ਲੀਡਰ ਬਣਨਾ ਸੀ। ਉਹਨੂੰ ਕਿੰਦਣ ਮੌਕਾ ਲੱਗੂਗਾ ਕੀ ਗੱਲਾਂ ਕਰਦੇ ਤੁਸੀਂ ਕੁਝ ਨਹੀਂ ਹੁੰਦਾ ਇਸ ਤਰ੍ਹਾਂ ਇਹ ਉਹਨਾਂ ਨੇ ਆਪਣੇ ਹੀ ਢਿੱਡ ਤੇ ਘਰ ਭਰਨੇ ਆ ਇਹਨਾਂ ਨੇ ਆਪਣੇ ਲਈ ਆਪਣੀ ਬੀਵੀਆਂ ਲਈ ਭੈਣਾਂ ਲਈ ਕੁੜੀਆਂ ਲਈ ਰਿਜ਼ਰਵੇਸ਼ਨ ਕੀਤੀ ਹੈ ਐਗਜ਼ਾਮਪਲ ਦੇ ਦੇਣਾ ਮੈਂ ਕਪਤਨ ਅਮਰਿੰਦਰ ਸਿੰਘ ਨਵੀਂ ਬਣੀ ਪਾਰਲੀਮੈਂਟ ਦੇ ਵਿੱਚ ਪਹਿਲਾ ਬਿੱਲ ਪਾਸ ਹੋਇਆ ਔਰ ਊਮਨ ਰਕਸ਼ਨ ਜਿਹਨੂੰ ਕਹਿੰਦੇ ਆ ਕਿ ਔਰਤਾਂ ਦੇ ਲਈ ਰਿਜ਼ਰਵੇਸ਼ਨ ਹੋਏਗੀ 1/3 ਜਿਹੜੀ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਲਈ ਔਰ ਵਿਧਾਨ ਸਭਾ ਅਸੈਂਬਲੀਆਂ ਦੇ ਲਈ ਜਿਹੜਾ ਜਿਹੜਾ ਇਹ ਔਰਤਾਂ ਨੂੰ ਰਾਖਵਾ ਕਰਨਾ ਉਹ ਮਿਲੇਗਾ ਤਾਂ ਕਿਸ ਤਰ੍ਹਾਂ ਦੇ ਨਾਲ ਇਹ ਲਾਗੂ ਹੋਵੇਗਾ ਇਸ ਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਚਿੰਤਕ ਪ੍ਰੋਫੈਸਰ ਮਨਜੀਤ ਸਿੰਘ ਨੇ ਸਰ ਜਿਹੜਾ ਇਹ ਬਿੱਲ ਲੈ ਕੇ ਆਂਦਾ ਹੈ ਭਾਰਤ ਸਰਕਾਰ ਦੇ ਵੱਲੋਂ ਕਾਂਗਰਸ ਨੇ ਵੀ ਇਹਦਾ ਸਵਾਗਤ ਕੀਤਾ ਹੋਰ ਵਿਰੋਧੀ ਧਿਰਾਂ ਨੇ ਵੀ ਸਵਾਗਤ ਕੀਤਾ ਇਹ ਬਿੱਲ ਨੂੰ ਕਿਵੇਂ ਦੇਖਦੇ ਹੋ ਜੀ ਇਹ ਸ਼ੁਕਰ ਹੈ ਕਿ ਬਾਗ ਤੇ ਬੱਕਰੀ ਜਿਹੜੇ ਇਕੱਠੇ ਹੋਏ ਆ ਜਿ ਤਰ੍ਹਾਂ ਬਾਗ ਬੱਕਰੀ ਚਾਹੀਦੀ ਐਡਵਰਟਾਈਜ਼ਮੈਂਟ ਨਹੀਂ ਆਉਂਦੀ ਵੀ ਇਹਦੇ ਲੜੀ ਜਾਂਦੇ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਉਹ ਪਹਿ ਇੱਕ ਜਿਹੜੀ ਰੂਲਿੰਗ ਤੇ ਆਈ ਨਹੀਂ ਤੇ ਦੂਜਿਆਂ ਨੇ ਆਪਣੇ ਨਾਰੇ ਛੱਡਨੇ ਸ਼ੁਰੂ ਕੀਤੇ ਨਹੀਂ ਕਈ ਤੇ ਹੁਣ ਪੋਸਟਰ ਵੀ ਬਣਾ ਕੇ ਲਿਆਉਂਦੇ ਆ ਇਹ ਬਿੱਲ ਨੇ ਪਹਿਲੀ ਵਾਰੀ ਦੱਸ ਦਿੱਤਾ ਵੀ ਇਹ ਕਦੀ ਨਾ ਕਦੀ ਇਕੱਠੇ ਵੀ ਹੋ ਜਾਂਦੇ ਆ ਇਹ ਬੜੀ ਚੰਗੀ ਗੱਲ ਆ ਹੁਣ ਜਿੱਥੇ ਤੱਕ ਜੇ ਔਰਤਾਂ ਦੇ ਬਿੱਲ ਦੀ ਗੱਲ ਕਰੋ ਇਹਦੇ ਚ 33% ਤੇ ਉਹਨਾਂ ਨੂੰ ਰਿਜ਼ਰਵੇਸ਼ਨ ਦੇਣੀ ਆ ਇਹ ਹੈ ਤੇ ਜ਼ਿਆਦਾਤਰ ਪੋਲਿਟਿਕਸ ਤੇ ਕਾਟਾ ਔਰਤਾਂ ਦਾ ਸਸ਼ਕਤੀਕਰਨ ਵਾਲ ਕਦਮ ਹੈਗਾ ਉਹ ਵੀ ਮੈਂ ਦੱਸਦਾ ਕਿਵੇਂ ਪਰ ਇੱਕ ਗੱਲ ਤੇ ਚੰਗੀ ਹੋਈ ਆ ਕਿ ਸੰ 99 ਤੋਂ ਲੈ ਕੇ ਹੁਣ ਤੱਕ ਜਿਹੜੀ ਪੈਂਡਿੰਗ ਚੀਜ਼ ਸੀਗੀ ਉਦੋਂ ਪੰਚਾਇਤਾਂ 'ਚ ਤੇ ਰਿਜ਼ਰਵੇਸ਼ਨ ਹੋ ਗਈ ਲੋਕਲ ਬਾਡੀਜ਼ ਦੇ ਵਿੱਚ ਅਰਬਨ ਲੋਕਲ ਬਾਡੀ 'ਚ ਵੀ ਰਿਜ਼ਰਵੇਸ਼ਨ ਹੋ ਗਈ ਰਾਜੀਵ ਗਾਂਧੀ ਉਦੋਂ ਲੈ ਕੇ ਆਏ ਸੀ ਉਨੇ ਦਾ ਬੜਾ ਲੰਮਾ ਚੌੜਾ ਉਥੇ ਲੋਕ ਸਭਾ ਦੇ ਵਿੱਚ ਭਾਸ਼ਣ ਦਿੰਦਿਆਂ ਸ਼ਾਮ ਨੂੰ 7:00 ਵਜੇ 6:00 ਵਜੇ ਉਹ ਭਾਸ਼ਣ ਦੇ ਰਹੇ ਸੀ ਲੰਬਾ ਅਮਿਤ ਸ਼ਾਹ ਹਮ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਨਹੀਂ 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 ਇਹ ਤੇ ਸਾਰੀ ਦੀ ਸਾਰੀ ਗੱਲ ਹੈ ਹੀ ਦਿਲ ਦੀ ਆਤਮਾ ਦੀ ਰੂਹ ਦੀ ਗੱਲ ਸੀਗੀ ਸਾਡੇ ਮੋਦੀ ਸਾਹਿਬ ਦੀ ਸਾਡੇ ਪ੍ਰਧਾਨ ਮੰਤਰੀ ਦੀ ਗੱਡੀਆਂ ਗੱਡੀਆਂ ਗੱਲਾਂ ਅਜਾ ਲਾ ਗੈਸ ਬਿਜਲੀ ਟਾਇਲਟ ਸਚਾਲਿਆ ਕਿਧੀਆਂ ਕਿਧੀਆਂ ਗੱਲਾਂ ਲਿਆ ਕੇ ਇੱਕ ਗੱਲ ਇਹ ਵੀ ਲਿਆਂਦੀ ਕਿ ਜਿਹੜੇ ਉਹਨਾਂ ਨੂੰ ਗਿਫਟ ਮਿਲੇ ਸੀਗੇ ਐਜ਼ ਚੀਫ ਮਿਨਿਸਟਰ ਜਿਹ ਉਹਨਾਂ ਨੇ ਉਹ ਗਿਫਟ ਵੇਚ ਕੇ ਸਰਕਾਰੀ ਗਿਫਟ ਐਜ਼ ਚੀਫ ਮਿਨਿਸਟਰ ਮਿਲੇ ਸੀ ਉਹ ਸਾਰਾ ਪੈਸਾ ਉਹ ਬੱਚੀਆਂ ਦੇ ਵਜੀ ਫੇਲੀ ਦੇ ਦਿੱਤਾ ਤਹਾੜੀਆਂ ਕਾੜੀਆਂ ਉੱਤੇ ਪਿੱਛੇ ਬੈਠੇ ਹੁੰਦੇ ਆ ਜਿਹੜੇ ਝੋਲੀ ਚੋਕ ਇਹੋ ਜਿਹਾ ਡਰਾਮਾ ਉੱਤੇ ਚੱਲ ਰਿਹਾ ਸੀ ਵੀ ਕਿਤੇ ਸਾਰੇ ਦਾ ਸਾਰਾ ਸ਼ਰੇ ਸੋਨੀਆ ਗਾਂਧੀ ਨਾਲ ਲੈ ਜਾਏ ਵੀ ਇਹ ਤੇ ਆਈਡੀਆ ਤੇ ਮੇਰੇ ਜੀਵ ਗਾਂਧੀ ਦਾ ਸੀ ਤੁਸੀਂ ਪੂਰਾ ਕਰਤਾ ਤੇ ਤੁਹਾਡਾ ਧੰਨਵਾਦ ਐਸੀ ਵੀ ਤੁਹਾਨੂੰ ਵੋਟ ਪਾਉਂਦੇ ਆ ਨਾਲ ਹੀ ਫਾਨਾ ਠੋਕ ਦਿੱਤਾ ਸੋਨੀਆ ਨੇ ਕਹਿੰਦਾ ਵੀ ਜੇ ਤੁਸੀਂ ਰਿਜ਼ਰਵੇਸ਼ਨ ਕਰਨੀ ਸੀ ਪਰ ਪੂਰੀ ਤਰ੍ਹਾਂ ਖੁੱਲ ਕੇ ਕਰਦੇ ਅਧੂਰੀ ਕਿਉਂ ਕੀਤੀ ਐ ਐਸਸੀਐਸਟੀ ਨੂੰ ਤੁਸੀਂ ਦੇਤੀ ਤੀਜਾ ਹਿੱਸਾ ਉਹਦੀ ਇਹਨੀ ਰਿਜ਼ਰਵੇਸ਼ਨ ਬਣਦੀ ਸੀਗੀ ਤੇ ਨਾਲ OBC ਦਾ ਤੁਹਾਨੂੰ ਕੀ ਗੱਲ ਸੀ ਕਿ ਉੱਥੇ ਬਿੱਲੀ ਛੱਗ ਗਈ ਹੈ ਉਹ ਵੀ ਕਰ ਦਿੰਦੇ ਉਹ ਵਿਰੋਧੀ ਪਾਰਟੀਆਂ ਨੇ ਆਪਣਾ ਜਿਹੜਾ ਨਾ ਥੋੜੀ ਜਿਹੀ ਖਟਾਸ ਤੇ ਪਾਉਣੀ ਹੁੰਦੀ ਸਾਰੇ ਜਿੰਨਾ ਵੀ ਉਹ ਟਕੜਾ ਪਰ ਉਹ ਸਰੇ ਸੀਗੇ ਉਹ ਪਾਤੀ ਆ ਜਿਹੜੇ OBC ਉਹ ਕੁਦਰਤੀ ਇਸ ਗੱਲ ਦੀ ਕਾਂਗਰਸ ਦੇ ਹੱਕ ਤੇ ਸੋਚਣਗੇ ਵੀ ਸਾਡਾ ਹਾ ਦਾ ਨਾਰਾ ਤੇ ਸੋਨੀਆ ਗਾਂਧੀ ਨੇ ਮਾਰਿਆ ਜਾਂ ਉਹਦੇ ਹਸਬੈਂਡ ਨੇ ਔਰਤਾਂ ਲਈ ਮਾਰਿਆ ਸੀਗਾ ਇਹ ਤੇ ਵਿੱਚ ਐਵੇਂ ਆਪਣਾ ਬਣੀ ਬਣਾਤੀ ਜਿਹੜੀ ਸਾਰੀ ਖੀਰ ਹੈ ਉਹਦੇ ਤੇ ਆਪਣੀ ਮੋਹਰ ਲਾਉਣੀ ਚਾਹੁੰਦੇ ਆ ਪਰ ਜੋ ਵੀ ਹੈ BJP ਨੂੰ ਵੀ ਇਹਦਾ ਸ਼ਰੇਦਿਓ ਔਰ ਜਿਨ੍ਹਾਂ ਨੇ ਸ਼ੁਰੂ ਕੀਤਾ ਰਾਜੀਵ ਗਾਂਧੀ ਨੂੰ ਉਹਦੀ ਆਤਮਾ ਨੂੰ ਵੀ ਇਸ ਗੱਲ ਦਾ ਖੋਪੀ ਧੰਨਵਾਦ ਤੇਰੀ ਆਤਮਾ ਅੱਜ ਸ਼ਾਂਤ ਹੋਣੀ ਚਾਹੀਦੀ ਹੈ ਕਿ ਉਹ ਸਾਡਾ ਸੁਪਨਾ ਪੂਰਾ ਹੋਇਆ ਪਰ ਮੈਂ ਪਰ ਮੈਂ ਇੱਕ ਗੱਲ ਜਨੂੰ ਜ਼ਰੂਰੀ ਦੱਸਦਾ ਮਨਬ੍ਰਿਤ ਸੌਰੀ ਥੋੜਾ ਲੰਬਾ ਬੋਲ ਰਿਹਾ ਜਿੱਥੇ ਖੁਸ਼ੀ ਵਾਲੀ ਗੱਲ ਆ ਕਿ 99 ਤੋਂ ਲੈ ਕੇ ਹੁਣ ਤੱਕ 2023 ਚ ਇਹ ਸੁਪਨਾ ਪੂਰਾ ਹੋਇਆ ਸਨ 1999 ਨੂੰ ਉਦੋਂ ਪਹਿਲੀ ਵਾਰੀ ਬਿੱਲ ਆਇਆ ਉੱਥੇ ਇਹ ਸ਼ਰਮ ਦੀ ਵੀ ਗੱਲ ਹੈਗੀ ਇੰਡੀਆ ਲਈ ਪਈ 75 ਸਾਲ ਹੋ ਗਏ ਤੁਹਾਨੂੰ ਹੂੰ ਦੇਸ਼ ਨੂੰ ਆਜ਼ਾਦ ਹੋਇਆ ਉਦੋਂ ਤੋਂ ਰਿਜ਼ਰਵੇਸ਼ਨ ਹੈ ਸਾਡੀ ਐਸਸੀ ਐਸਟੀ ਦੀ ओबीसी ਦੇ ਦੇ ਵਿੱਚ ਤੁਹਾਨੂੰ ਪਤਾ ਜਦੋਂ ਰੌਲਾ ਪਿਆ ਸੀਗਾ ਇਸ ਲਈ ਉਹਨਾਂ ਦੀ ਸਾਰਿਆਂ ਦੀ ਸਮੁੱਚੇ ਦੇਸ਼ ਦੇ ਅੰਦਰ ਸਾਡੇ ਆਦੀਵਾਸੀਆਂ ਦੀ ਤੇ ਸਾਡੇ ਜਿਹੜੇ ਸ਼ੈਡਿਊਲਡ ਕਾਸਟ ਪਾਈ ਜਾ ਰਾ ਜਿਨ੍ਹਾਂ ਨੂੰ ਦਲਿਤ ਪਾਈ ਜਾ ਰਾ ਕਹਿੰਦੇ ਕਿੰਨਾ ਕੁ ਸਸ਼ਕਤੀਕਰਨ ਹੋ ਗਿਆ ਸਾਨੂੰ ਦੱਸ ਦਿਓ ਹੂੰ ਇੱਕ ਮਾਧਿਅਮ ਸੀ ਜਿਹਦੇ ਰਾਹੀਂ ਇੱਕ ਲੰਬੀ ਪ੍ਰਕਿਰਿਆ ਸੀ ਉਹਨਾਂ ਨੇ ਲੀਡਰ ਬਣਨਾ ਸੀ ਜੋ ਭੀਮਰਾਓ ਅੰਬੇਦਕਰ ਸਾਹਿਬ ਦੀ ਉਮੀਦ ਸੀ ਕਿ ਪੜ੍ਹ ਲਿਖ ਕੇ ਕੁਝ ਬੰਦੇ ਰਿਜ਼ਰਵੇਸ਼ਨ ਨਹੀਂ ਪੜ੍ਹ ਲਿਖਣਗੇ ਉਹ ਉਹਦੇ ਵਾਂਗੂ ਜਿਵੇਂ ਉਹ ਲੀਡਰ ਬਣਿਆ ਉਹ ਕੁਰਬਾਨੀਆਂ ਕਰਨਗੇ ਤੇ ਸਾਰੇ ਸਮੁੱਚੇ ਦੇਸ਼ ਦੇ ਵਿੱਚ ਆਦਿਵਾਸੀਆਂ ਨੂੰ ਤੇ ਉਹਨਾਂ ਦੇ ਜਿਹੜੇ ਆਦਿਵਾਸੀਆਂ ਦੇ ਲੀਡਰ ਆਦਿਵਾਸੀਆਂ ਨੂੰ ਆਜ਼ਾਦ ਕਰਵਾਉਣਗੇ ਸਸ਼ਕਤ ਕਰਾਉਣਗੇ ਉਹਨਾਂ ਲਈ ਜਮੀਨਾਂ ਹੋਣਗੀਆਂ ਉਹਨਾਂ ਦੀਆਂ ਨੌਕਰੀਆਂ ਹੋਣਗੀਆਂ ਉਹਨਾਂ ਦੀ ਪੜ੍ਹਾਈ ਹੋਊਗੀ ਤੇ ਜਿਹੜੇ ਇੱਧਰ ਸ਼ੈਡਿਊਲਡ ਕਾਸਟ ਲੀਡਰ ਹੋਣਗੇ ਜਾਂ ਦਲਿਤ ਲੀਡਰ ਹੋਣਗੇ ਉਹ ਆਪਣੇ ਸਮੁਦਾਇ ਨੂੰ ਇਸ ਕਿਸਮ ਦਾ ਸਸ਼ਕਤ ਕਰਾਉਣਗੇ ਉਹਦੇ ਲਈ ਕੋਈ ਸਕੀਮਾਂ ਲਿਆਉਣਗੇ ਜਾਂ ਕੁਝ ਵੀ ਕਰਨਗੇ ਜਾਂ ਮੂਵਮੈਂਟ ਲਾਂਚ ਕਰਨਗੇ ਐਜੀਟੇਸ਼ਨ ਕਰਨਗੇ ਇਹ ਸਾਰਾ ਉਹਨਾਂ ਦਾ ਉਮੀਦ ਸੀਗੀ ਤੁਹਾਨੂੰ ਪਤਾ ਕਾਂਸ਼ੀਰਾਮ ਇਹਨਾਂ ਨੂੰ ਸਰਕਾਰੀ ਚਮਚੇ ਚਮਚੇ ਕਹਿੰਦਾ ਕਹਿੰਦਾ ਵਿਚਾਰਾ ਇਸ ਹੱਥ ਇਸ ਦੁਨੀਆ ਤੋਂ ਚਲਾ ਗਿਆ ਇਹ ਹੀ ਆਪਣੇ ਹੀ ਬੰਦੇ ਜਿਹੜੇ ਅੰਦਰੋਂ ਰਿਜ਼ਰਵੇਸ਼ਨ ਦੇ ਰਾਹੀ ਪਹਿਲਾਂ ਸਮੁਦਾਇ ਦੇ ਵਿੱਚ ਫਾਇਦਾ ਲਿਆ ਉਹਨਾਂ ਨੇ ਕਦੀ ਉਸ ਗੱਲ ਨੂੰ ਇਨਕਲਾਬੀ ਕਦਰਮ ਨਹੀਂ ਲਏ ਤੇ ਉਹਨਾਂ ਨੂੰ ਲਿਬ੍ਰੇਟ ਨਹੀਂ ਕਰਾਇਆ ਬਿਲਕੁਲ ਉਸੇ ਤਰਜ਼ ਤੇ ਔਰਤਾਂ ਦਾ ਅੱਜ ਤੱਕ ਪਹਿਲਾਂ ਤੇ ਸਸ਼ਕਤੀਕਰਨ ਹੋਇਆ ਕਿਉਂ ਨਹੀਂ ਬਈ ਉਹਨਾਂ ਨੂੰ ਆਜ਼ਾਦੀ ਦਿੱਤੀ ਕਿਉਂ ਨਹੀਂ ਤੁਸੀਂ 75 ਸਾਲ ਹੋ ਗਏ ਆ ਦਲਤਾਂ ਦਾ ਤਾਂ ਸਮਝ ਜਾਈ ਤੇ ਸਮਝ ਪੈਂਦੀ ਸੀ ਇਹ ਲਿੰਗ ਦੇ ਆਧਾਰ ਤੇ ਉੱਤੇ ਔਰਤਾਂ ਨੂੰ ਤੁਸੀਂ ਦੂਸਰੇ ਦਰਜੇ ਦੇ ਸਿਟੀਜ਼ਨ ਬਣਾ ਕੇ ਰੱਖਣਾ ਤੇ ਤੁਹਾਨੂੰ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਕੇ ਅੱਗੇ ਲੈ ਕੇ ਆਉਣਾ ਪੈਣਾ ਇਹ ਆਪਣੇ ਆਪ ਲਈ ਤੁਹਾਡੇ ਲਈ ਥੋੜੀ ਜਿਹੀ ਸ਼ਰਮਿੰਦਗੀ ਦੀ ਗੱਲ ਹੈ ਦੁਨੀਆ ਦੇ ਵਿੱਚ ਬਰਾਬਰ ਅਧਿਕਾਰ ਅਜੇ ਤੱਕ ਨਹੀਂ ਮਿਲੇ ਨਹੀਂ ਨਹੀਂ ਤਾਂ ਇਹ ਤੇ ਦੇਣੀ ਪਈ ਵੇਜ ਇਹਦੇ ਵਿੱਚ ਸਰ ਇਹ ਵੀ ਕਿਹਾ ਜਾ ਰਿਹਾ ਕਿ ਬਰਾਬਰਤਾ ਕਿੰਨਾ ਕੁ ਔਰਤਾਂ ਨੂੰ ਬਰਾਬਰਤਾ ਔਰ empowerment ਕਿੰਨੀ ਕੁ ਹੋਏਗੀ ਉਹ ਅਗਲੀ ਗੱਲ ਮੈਂ ਕਰਨ ਲੱਗਾ ਬਿਲਕੁਲ ਉੱਥੇ ਆਉਣਾ ਇਹ ਕਹਾਣੀ ਤਾਂ ਹੀ ਪੂਰੀ ਹੋਣੀ ਹੈ ਦੂਜੀ ਗੱਲ ਵੀ ਇਹਦੇ ਵਿੱਚ ਹੋਊਗਾ ਕੀ ਹੁਣ ਪਹਿਲੀ ਗੱਲ ਕਿ ਕਿਹੜੀਆਂ ਔਰਤਾਂ ਜਿਹੜੀਆਂ ਆ ਇਥੇ ਆਉਣਗੀਆਂ ਜਿਹੜੀਆਂ ਸਸ਼ਕਤ ਹੋਣਗੀਆਂ ਆ ਜਿੰਨੇ ਜਿਹੜੇ ਮਨਿਸਟਰ ਤੁਰੇ ਤੁਰੇ ਫਿਰਦੇ ਆ ਜਿੰਨੇ ਐਮਐਲਏ ਤੁਰੇ ਫਿਰਦੇ ਆ ਜਿੰਨੇ ਬਾਕੀ ਕੜਮ ਚੌਧਰੀ ਆ ਜਿਹੜੇ ਜਾਣੀ ਰਾਜਨੀਤਿਕ ਜਮਾਤ ਚ ਪਹਿਲਾਂ ਹੀ ਸਸ਼ਕਤ ਆ ਤੇ ਜਿੰਨਾਂ ਦੀਆਂ ਬੀਬੀਆਂ ਕਾਰਾਂ ਦੇ ਵੱਡੀਆਂ ਵੱਡੀਆਂ ਚ ਝੂਟੇ ਲੈਂਦੀਆਂ ਉਹ ਇਲੈਕਸ਼ਨ ਆ ਚਾਹਣਗੀਆਂ ਇੱਕ ਐਮਪੀ ਲਈ ਆਸਤਨ ਪੈਸਾ ਚਾਹੀਦਾ 38 ਕਰੋੜ ਰੁਪਈਆ ਹੈਗਾ 38 ਰੁਪਈਏ ਨਹੀਂ ਆ ਜਿਹੜੀ ਅਸਲੀ ਜਿੰਨੇ ਨੂੰ ਸਸ਼ਕਤੀਕਰਨ ਔਰਤ ਨੂੰ ਲੋੜੋ ਕੋਤੇ 38 ਰੁਪਈਏ ਨਹੀਂ ਉਹ ਤੇ ਦਿਹਾੜੀਦਾਰ ਆ ਦੀ ਆੜੀ ਦੱppa ਕਰਦੀ ਆ ਉਹਦੇ ਮਨਰੇਗਾ ਦੀ ਦਿਹਾੜੀ ਕਰਦੀ ਆ ਉਹਨੂੰ ਕਿਦਣ ਮੌਕਾ ਲੱਗੂਗਾ ਕੀ ਗੱਲਾਂ ਕਰਦੇ ਤੁਸੀਂ ਕੁਝ ਨਹੀਂ ਹੁੰਦਾ ਇਸ ਤਰ੍ਹਾਂ ਇਹ ਉਹਨਾਂ ਨੇ ਆਪਣੇ ਹੀ ਢਿੱਡ ਤੇ ਘਰ ਭਰਨੇ ਆ ਇਹਨਾਂ ਨੇ ਆਪਣੇ ਲਈ ਆਪਣੀ ਬੀਵੀਆਂ ਲਈ ਭੈਣਾਂ ਲਈ ਕੁੜੀਆਂ ਲਈ ਰਿਜ਼ਰਵੇਸ਼ਨ ਕੀਤੀ ਹੈ ਐਗਜ਼ੈਂਪਲ ਦੇ ਦਿੰਨਾ ਮੈਂ ਕੈਪਟਨ ਉਮਰਿੰਦਰ ਸਿੰਘ ਉਹ ਬੀਬੀ ਜੈਂਦਰ ਕੌਰ ਜਿਹਦੀਆਂ ਤਿਆਰੀਆਂ ਹੋ ਰਹੀਆਂ ਕਿ ਇੱਥੋਂ ਪਟਿਆਲੇ ਤੋਂ ਖੜਾ ਕਰਨਾ ਆਪਣੀ ਧੀ ਨੂੰ ਉਹਦੀ ਮਾਂ ਵੀ ਐਮਪੀ ਤੇ ਉਹਦਾ ਪਿਓ ਜੀ ਮਿਨਿਸਟਰ ਰ ਬਈ ਲ ਉਹ ਵੀ ਐਮਪੀ ਸੀ ਫੇਰ ਫਿਰ ਕਾਦੀ ਕਾ ਇਹ ਇਸ ਤਰੀਕੇ ਨਾਲ ਰੈਜ਼ਰਵੇਸ਼ਨ ਔਰਤਾਂ ਵਾਲੀ ਚੱਲਣੀ ਆ ਆਪਣੇ ਆਪ ਹੀ ਘਰ ਚ ਉਹਨਾਂ ਨੇ ਸੱਤਾ ਨੂੰ ਹੋਰ ਸਗੋਂ ਵੱਡੇ ਪੱਧਰ ਤੇ ਇਕੱਠਾ ਕਰਨਾ ਨਾ ਕਿ ਔਰਤਾਂ ਨੂੰ ਸਸ਼ਕਤ ਕਰਨਾ ਮੈਂ ਤੇ ਸਾਫ਼-ਸਾਫ਼ ਕੱਲ ਇੱਕ ਡਿਸਕਸ਼ਨ ਚ ਕਹਿਤਾ ਸੀ ਮਨਪ੍ਰੀਤ ਜੇ ਸੱਚੀ-ਮੁੱੱਚੀ ਰੈਜ਼ਰਵੇਸ਼ਨ ਦੇ ਰਾਹੀਂ ਔਰਤਾਂ ਨੂੰ ਸਸ਼ਕਤ ਕਰਨਾ ਤੇ ਔਰਤਾਂ ਅਲੱਗ ਪਾਰਟੀ 33% ਬਣਾ ਲੈਣ ਆਪਣੀ ਪਾਰਟੀ ਆ ਹਾਂ ਉਹਨਾਂ ਦੇ ਲੀਡਰ ਚੁੰਡ ਢੜਲੇਦਾਰ ਹਨ ਜਿਹੜੀਆਂ ਕਾਂਟੇਦਾਰ ਬਿਲਕੁਲ ਕੋਈ ਕੰਪਰੋਮਾਈਜ਼ ਨਾ ਹੋਵੇ ਜਿਵੇਂ ਇੱਕ ਦਲ ਤਾਂ ਨਹੀਂ ਭਾ ਕੀ ਆਲਮੋਸਟ ਦਲ ਜਿੱਤ ਸੇ ਜ਼ਿਆਦਾਤਰ ਸੀਗੇ ਮਾਇਆਵਤੀ ਨੇ ਬਣਾਈ ਨਾ ਉਦੋਂ ਉਹਦਾ ਇੱਕ ਵਾਰੀ ਦੋ ਤਿੰਨ ਵਾਰੀ ਚੀਫ ਮਿਨਿਸਟਰ ਵੀ ਬਣੀ ਹੁੰਦਾ ਇਹ ਹੈ ਕਿ ਕਿਉਂ ਨਹੀਂ ਰਿਜ਼ਰਵੇਸ਼ਨ ਪੋਲੀਟੀਕਲ ਰਿਜ਼ਰਵੇਸ਼ਨ ਦਾ ਫਾਇਦਾ ਉਸ ਸਮੁਦਾਇ ਨੂੰ ਪਹੁੰਚਦਾ ਕਿਉਂਕਿ ਪਾਰਟੀਆਂ ਦੀ ਜਿਹੜੀ ਲੀਡਰਸ਼ਿਪ ਆ ਜਿਨ੍ਹਾਂ ਦੇ ਚੋਣ ਨਿਸ਼ਾਨ ਤੇ ਚੋਣ ਲੜਨੀਆਂ ਭਾਵੇਂ ਔਰਤਾਂ ਹੋਣ ਭਾਵੇਂ ਦਲੇ ਤੋਂ ਹੋਣ ਭਾਵੇਂ OBC ਹੋਵੇ ਭਾਵੇਂ ਕੋਈ ਵੀ ਹੋਵੇ ਉਹ ਸਿੰਬਲ ਤੇ ਹੈਗਾ ਉਹਨਾਂ ਲੀਡਰਾਂ ਦਾ ਜਿਹੜੇ ਉਹਨਾਂ ਨੂੰ ਦਪਾਉਂਦੇ ਆ ਜਿਹੜੇ ਉਹਨਾਂ ਦੇ ਹੀ ਜਿਹੜੇ ਉਹਨਾਂ ਦੇ ਜਾਨੀ ਅਸਲ ਚ ਟਾਰਗੇਟ ਤੇ ਹੋਣੇ ਚਾਹੀਦੇ ਔਰਤਾਂ ਦੇ ਉਹੀ ਉਹਨਾਂ ਦੇ ਜਿਹੜੇ ਸਿੰਬਲ ਤੇ ਉਹ ਕਹਣਗੇ ਭਾਈ ਚੰਗਾ ਜੇ ਤੈਨੂੰ ਸਾਡੇ ਸਾਡੀ ਪਾਰਟੀ ਇਨੀ ਬੁਰੀ ਲੱਗਦੀ ਆ ਸਾਡੀ ਸੋਚ ਬੁਰੀ ਲੱਗਦੀ ਆ ਜਾਂ ਆਪਣੀ ਕੋਈ ਪਾਰਟੀ ਬਣਾ ਲੈ ਸਾਡੀ ਗੱਲ ਤੇ ਇੱਥੇ ਤੈਨੂੰ ਮੰਨਣੀ ਪਊਗੀ ਇਹੀ ਦਲਤਾਂ ਦਾ ਹਾਲਤ ਹੁੰਦੀ ਆ ਪਾਰਟੀਆਂ ਦੇ ਅੰਦਰ ਤੁਸੀਂ ਦੇਖਦੇ ਹੋ ਦਲਿਤ ਮਸਲੇ ਤੇ ਅਕਰੋਸ ਪਾਰਟੀ ਕਦੀ ਵੀ ਦਲਿਤ ਇਕੱਠੇ ਨਹੀਂ ਹੁੰਦੇ ਕੱਟ ਜਿੰਤੀਆਂ ਨਾਲ ਵੀ ਨਹੀਂ ਬਿਲਕੁਲ ਹੀ ਮੈਂ ਹੋਊਗਾ ਇਸ ਲਈ ਇਸ ਲਈ ਘੱਟ ਗਿਣਤੀਆਂ ਦੀ ਤੇ ਚਲੋ ਸਾਡੇ ਕੋਲ ਸ਼੍ਰੋਮਣੀ ਕਾਲੀ ਦਲ ਸੀਗਾ ਹੀ ਇਹ ਤੇ ਆਪਣੀ ਜਿਹੜੀ ਚਾਵਟੇ ਪਾਏ ਇਹਨਾਂ ਨੇ ਜਾ ਕੇ ਉਹਦੇ ਪਿੱਛੇ ਜਿਹੜਾ ਸਾਡਾ 9 ਮਾਰਚ ਦਾ ਰਿਸ਼ਤਾ ਬਣਾ ਲਿਆ ਪਾਕ ਬਿਆਨ ਨਾਲ ਆਦਰਵਾਇਜ਼ ਇਹਦਾ ਹੁੰਦਾ ਆ ਪਰ ਮੈਂ ਘੱਟ ਗਿਣਤੀਆਂ ਦੇ ਮਾਮਲੇ 'ਚ ਆਪਾਂ ਉਲਝੀਏ ਨਾ ਉਹ ਇੱਕ ਅਲੱਗ ਕਿਸਮ ਦਾ ਮਾਮਲਾ ਜਾਤੀਗਤ ਤੇ ਜੈਂਡਰ ਦਾ ਮਾਮਲਾ ਇੱਕ ਪਰ ਇਧਰ ਨੂੰ ਆਈਏ ਤੇ ਜਿਹੜੇ ਐਕਸਪੈਰੀਮੈਂਟ ਪਹਿਲਾਂ ਹੋਏ ਨੇ ਜੀ ਸਰਪੰਚੀ ਦੇ ਵਿੱਚ ਲਾ ਲਓ ਪਿੰਡੂ ਚੋਨਾ ਦੇ ਵਿੱਚ ਹੈਗਾ ਤਾਂ ਉੱਥੇ ਹੁੰਦਾ ਕੀ ਹੈ ਕਿ ਕਈ ਵਾਰ ਸਰਪੰਚੀ ਦਾ ਸਤ ਕਰੀ ਜਾਂਦਾ ਹੁੰਦਾ ਕਿ ਆ ਉਹਦੀ ਘਰ ਵਾਲੀ ਸਰਪੰਚ ਹੁੰਦੀ ਆ ਤੇ ਉਹ ਨਾ ਤਾਂ ਉਹੋ ਜੀ ਸਮਾਜ ਦੇ ਵਿੱਚ ਉਹਦੀ ਉਹੋ ਜੀ ਸਵਾਰਤਾ ਹੁੰਦੀ ਆ ਘਰ ਵਾਲੇ ਨੂੰ ਜਾ ਕੇ ਲੋਕ ਮਿਲਦੇ ਨੇ ਨਾ ਉਹ ਇਸ ਤਰ੍ਹਾਂ ਦਾ ਰੈਕਟ ਨਹੀਂ ਕਰ ਪਾਉਂਦੀ ਲੇਡੀ ਉਹ ਸਰਪੰਚ ਬਣਦੇ ਨੇ ਕਿ ਡੰਮੀ ਕੈਂਡੀਡੇਟ ਬਣ ਕੇ ਰਹਿ ਜਾਂਦੇ ਆ ਮਨਪ੍ਰੀਤ ਜੀ ਤੁਸੀਂ ਮੇਰੀ ਗੱਲ ਨੂੰ ਦੂਜੇ ਢੰਗ ਨਾਲ ਕਹਿ ਰਹੇ ਆ ਮੈਂ ਉਹ ਗੱਲ ਨੂੰ ਪਾਰਟੀ ਪੱਧਰ ਤੇ ਕਹਿ ਰਿਹਾ ਤੁਸੀਂ ਉਸ ਉਸੇ ਗੱਲ ਨੂੰ ਘਰ ਦੇ ਪੱਧਰ ਤੇ ਕਹਿ ਰਹੇ ਆ ਘਰ ਵਿੱਚ ਕਿਉਂਕਿ ਜ਼ਮੀਨ ਉਹਦੇ ਨਾਂ ਤੇ ਆ ਪ੍ਰਾਪਰਟੀ ਉਹਦੇ ਨਾਂ ਤੇ ਆ ਕਾਰੋਬਾਰ ਉਹਦੇ ਨਾਂ ਤੇ ਆ ਘਰ ਦੇ ਤੇ ਉਹ ਕਹਿੰਦਾ ਵੀ ਚੰਗਾ ਤੂੰ ਜਿੱਦੀ ਬੱਟੀ ਮਰਜੀ ਸਰਪੰਚ ਹੋਵੇਂਗੀ ਚੱਲ ਨਹੀਂ ਤੇ ਮੇਰੀ ਚਾਹੀਦੀ ਆ ਤੇ ਜੇ ਤੂੰ ਮੇਰੀ ਨਹੀਂ ਚਾਹਦੀ ਫਿਰ ਜਾ ਆਪਣੀ ਸਰਪੰਚੀ ਨੂੰ ਚੱਟੀ ਜਾ ਮੈਂ ਤੇ ਤੈਨੂੰ ਇੱਥੇ ਨਹੀਂ ਬਹਿਣ ਦਿੰਦਾ ਇਹ ਉਹਨੂੰ ਦਬਾਇਆ ਉਹਦੇ ਅੰਦਰ ਦਬਾਇਆ ਇਸ ਲਈ ਜਦ ਤੱਕ ਭਾਵੇਂ ਉਹ ਦਲਿਤ ਹੋਣ ਭਾਵੇਂ ਉਹ ਔਰਤਾਂ ਹੋਣ ਉਹਨਾਂ ਨੂੰ ਸਹੀ ਮਾਨਿਆਂ ਦੇ ਵਿੱਚ ਸੱਭਿਆਚਾਰਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਇਹ ਸਾਰੇ ਪੱਧਰ ਤੇ ਸਸ਼ਕਤ ਨਹੀਂ ਕੀਤਾ ਜਾਂਦਾ ਜਦ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉਹਨਾਂ ਦੇ ਚਾਰ ਪੈਸੇ ਜੇਬ ਦੇ ਵਿੱਚ ਨਹੀਂ ਆ ਉਹ ਆਪਣੀ ਕਮਾਈ ਦੇ ਵਿੱਚ ਗੱਡੀ ਨਹੀਂ ਖਰੀਦਦੀਆਂ ਜਾਂ ਕਾਰ ਨਹੀਂ ਸਕੂਟਰ ਨਹੀਂ ਖਰੀਦਦੀਆਂ ਉਦੋਂ ਤੱਕ ਤੇ ਉਹ ਇੰਨਾ ਵਾਲੀ ਤੱਕ ਹੀ ਜਾਣ ਗਿਆ ਹਾਂ ਇਹ ਬਾਕੀ ਸਾਰਾ ਡਰਾਮਾ ਹੋਵੇ ਜੇ ਪਾਰਟੀ ਹੋਵੇ ਕੋਈ ਵੀ ਹੋਵੇ ਇਹ ਡਰਾਮਾ ਜਾਂ ਚੱਲੀ ਜਾਊਗਾ ਹੁਣ ਇਹ ਸਾਰਿਆਂ ਨੇ ਕੋਸ਼ਿਸ਼ ਕੀਤੀ ਆ ਕਿ ਇਹ ਥੋੜਾ ਜਿਹਾ ਏ ਉਹ ਕੀਤਾ ਜਾਏ ਕਿ ਇਸ ਦਾ ਫਾਇਦਾ ਲਿਆ ਜਾਏ ਅਸਲੀਅਤ ਇਹ ਹੈ ਕਿ ਮਿੰਨਤ ਸਾਹਰ ਸਿਮਰਤ ਕੋਰ ਬਾਦਲ ਨੇ ਤੇ ਚੰਗਾ ਹੀ ਬੰਬ ਛੱਡਿਆ ਇਹਦੇ ਦੇ ਹੋਮ ਮਿਨਿਸਟਰ ਦੇ ਵਿਰੁੱਧ ਜਾਂ ਜਿਹੜੀ ਭਾਜਪਾ ਦੇ ਵਿਰੁੱਧ ਉਹ ਕਹਿੰਦੀ ਗੱਲ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ 9.5 ਸਾਲਾਂ ਬਾਅਦ ਚੇਤਾ ਆਇਆ ਕਿ ਔਰਤਾਂ ਨੂੰ ਸਸ਼ਕਤੀਕਰਨ ਕਰਨਾ ਅੱਛਾ ਜੇ ਤੁਸੀਂ ਬਿੱਲ ਪਾਸ ਹੀ ਕਰ ਦਿੱਤਾ ਤੇ ਲੱਡੂ ਦਿਖਾ ਕੇ 5 ਸਾਲਾਂ ਲਈ ਫ੍ਰੀਜ 'ਚ ਕਿਉਂ ਰੱਖਣਾ ਅਗਲੀ ਵਾਰ ਨੂੰ ਮਿਲਣ ਗਿਆ ਜਦ ਤਾ ਤੁਹਾਡਾ ਹੈ ਹੀ ਨਹੀਂ ਕੁਛ ਤੇ ਉਦੋਂ ਹੀ ਪਾਸ ਕਰ ਲੈਂਦੇ ਫਿਰ ਪਹਿਲਾਂ ਤੁਸੀਂ ਮਰਦਮਸਮਾਰੀ ਕਿਉਂ ਨਹੀਂ ਕਰਾਈ ਮਰਦਮਸਮਾਰੀ ਉਹ ਤੇ 1920 ਦੇ ਵਿੱਚ ਕੋਵਿਡ ਸੀਗਾ 21 ਦੇ ਵਿੱਚ ਮਰਦਮਸਮਾਰੀ ਕਿਉਂ ਨਹੀਂ ਕਰਾਈ ਭਾਈ ਚ ਕਿਉਂ ਨਹੀਂ ਕਰਾਈ ਕਿਉਂਕਿ ਤੁਸੀਂ ਕਰਨਾ ਕੁਛ ਨਹੀਂ ਸੀ ਹੁਣ ਤੁਸੀਂ ਕਹਿੰਦੇ ਕਿ ਕਿਉਂਕਿ ਮਰਦਮਸਮਾਰੀ ਨਹੀਂ ਇਸ ਕਰਕੇ ਹੱਦਬੰਦੀ ਦੁਬਾਰਾ ਸੀਟਾਂ ਦੀ ਹੋ ਨਹੀਂ ਸਕਦੀ ਇਸ ਕਰਕੇ ਲਾਗੂ ਨਹੀਂ ਹੋ ਸਕਦੀ ਇਹ ਤੁਹਾਡੀ ਬੇਈਮਾਨੀ ਆ ਤੁਸੀਂ ਰੌਲਾ ਪਾਉਂਦੇ ਆ ਇਸ ਕਰਕੇ ਤੁਸੀਂ ਕਰਨਾ ਕੁਛ ਨਹੀਂ ਐਸੇ ਇਹੀ ਕਾਨੀ ਮੋਜੀ ਕਾਨੀ ਮੋਹੀ ਕਹਿੰਦੇ ਕਾਨੀ ਮੋਜੀ ਲਿਖਦੇ ਆ ਉਹ ਜਿਹੜੀ ਉਧਰੋਂ ਹੈਗੀ ਜਿਹਦੇ ਤੇ ਪਹਿਲਾਂ ਕਿ ਕੁਛੀਗਾ ਉਹ ਬੜੀ ਬਲਾਰੀ ਤਖੜੀ ਉਹਨੇ ਵੀ ਇਸ ਗੱਲ ਦਾ ਇਸੇ ਤਰੀਕੇ ਨਾਲ ਕਿਹਾ ਕਿ ਤੁਸੀਂ ਸਾਨੂੰ ਇਹ ਦੱਸੋ ਵੀ ਇੱਕ ਤਾਂ ਹਾਸਾ ਸੀਕ੍ਰੇਟ ਕਿਹੜੀ ਗੱਲ ਸੀ ਤੁਸੀਂ ਤਾਂ ਇਹਨੂੰ ਦੱਸਿਆ ਨਹੀਂ ਇੱਥੇ ਲੋਕ ਸੋਚੀ ਜਾਣ ਪਤਾ ਨਹੀਂ ਕਿਹੜਾ ਕੱਚ ਚੋਂ ਮੁੰਗਲੀ ਕੱਢ ਮਾਰਨੀ ਹੈ ਸਪੈਸ਼ਲ ਫੈਸ਼ਨ ਥੱਦਿਆ ਪੰਜ ਦੇਣ ਲਈ ਜੇ ਆਹੀ ਕਰਨਾ ਸੀ ਤੇ ਪਹਿਲੇ ਦਿਨ ਢੋਲ ਵਜਾ ਕੇ ਘਰ ਦੇ ਕਿਹਾ ਔਰਤਾਂ ਦਾ ਸਸ਼ਕਤੀਕਰਨ ਦਾ ਅਸੀਂ ਨਹੀਂ ਤਿਆਰੀ ਨਾਲ ਆਉਂਦੇ ਤੁਹਾਨੂੰ ਕੋਈ ਚੰਗੇ ਸਲਾਹਾਂ ਦਿੰਦੇ ਤੁਸੀਂ ਅਚਾਨਕ ਬਿਨਾਂ ਸਾਨੂੰ ਕੌਨਫੀਡੈਂਸ ਚ ਲਿਆ ਐਡੀ ਸੀਕ੍ਰੇਟ ਟੰਗ ਦੇ ਨਾਲ ਗੁਪਤ ਟੰਗ ਦੇ ਨਾਲ ਕਿਉਂ ਇਸ ਨੂੰ ਪੇਸ਼ ਕੀਤਾ ਗਿਆ ਲੋਕਾਂ ਨੇ ਜਿਹਦੇ ਵੀ ਹੱਥ ਜਿੰਨਾ ਕੁ ਲੱ ਕਾਫੀ 60 70 ਲੋਕ ਬੋਲੇ ਉਸ ਬਿੱਲ ਦੇ ਉੱਤੇ ਤੇ ਕਾਫੀ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਡਿਫੈਂਸਿਵਲੀ ਕੀਤਾ ਉਹਨਾਂ ਨੂੰ ਆਪਣਾ ਪਰ ਬਥੇਰਾ ਕੋ ਚਤਨ ਪਤਾ ਬੋਲ ਬਲਾਰੇ ਤੇ ਦੋਵੇਂ ਹੀ ਅਮਿਤ ਸ਼ਾਹ ਵੀ ਤੇ ਸਾਡੇ ਪ੍ਰਧਾਨ ਮੰਤਰੀ ਵੀ ਕਾਫੀ ਤਕੜੇ ਆ ਉਹਨਾਂ ਨੇ ਵੀ ਆਪਣੇ ਤੌਰ ਤੇ ਆਪਣੀ ਇਹ ਦੀਨ ਵਜਾਈ ਆ ਕਾਫੀ ਤੇ ਇਹਦਾ ਮੈਨੂੰ ਲੱਗਦਾ ਕਿ ਰਲ ਮਿਲ ਕੇ ਔਰਤਾਂ ਨੂੰ ਤੇ ਕਿਸੇ ਨੂੰ ਆਮ ਔਰਤ ਨੂੰ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਜਾਂ ਸਭਿਆਚਾਰਕ ਤੌਰ ਤੇ ਤੇ ਨਹੀਂ ਉੱਪਰ ਚੁੱਕਿਆ ਜਾਣਾ ਇਹ ਤੇ ਸਾਨੂੰ ਪਤਾ ਪਰ ਉਹਨਾਂ ਕੋਲ ਇੱਕ ਸੱਤਾ ਦਾ ਇੱਕ ਹੋਰ ਬੈਕ ਡੋਰ ਵਿੰਡੋ ਜਰੂਰ ਜਿਹੜੇ ਪਹਿਲਾਂ ਹੀ ਐਸਟੈਬਲਿਸ਼ਡ ਲੀਡਰ ਹੈ ਉਹਨਾਂ ਲਈ ਖੁੱਲ ਗਈ ਆ